ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਿਰਨਦੀਪ ਸਿੰਘ ਰਾਏ ਤੇ ਦੋਸਤੋ ਅੱਜ ਮੈਂ ਫੇਰ ਤੁਹਾਡੇ ਲਈ ਇੱਕ ਘੈਂਟ ਵਲੌਗ ਲੈ ਕੇ ਆਇਆ ਤੇ ਅੱਜ ਆਪਾਂ ਪਹੁੰਚੇ ਆ TS ਕੁਮਾਨ ਸਟੱਡ ਫਾਰਮ ਵਿਖੇ ਜੋ ਕਿ ਕਕਰਾਲਾ ਖੁਰਦ ਪਿੰਡ 'ਚ ਪੈਂਦਾ ਹੈ ਤੇ ਅੱਜ ਤੁਹਾਨੂੰ ਆਪਾਂ ਟੌਪ ਦਾ ਨੁਕਰਾ ਘੋੜਾ ਦਿਖਾਉਣਾ ਤੇ ਮੈਨੂੰ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਲੱਗੂਗਾ ਤੇ ਆਜੋ ਫਿਰ ਆਪਾਂ ਆਪਣਾ ਨਵਾਂ ਵਲੌਗ ਸ਼ੁਰੂ ਕਰੀਏ। तो दोस्तों आज साढ़े नाल ने हैप्पी वीर जी ते लवली वीर जी, सत श्री अकाल जी। हो भाई ठीक ठाक हो जी? तो वीर मैनू ऐ दसो भी तुसी किन्ने के टाइम तो घोड़े रख रहे हो जी? घोड़े आही आपा जी 11 साल तो रख रहे हैं। अच्छा 2011 तो रख रहे हैं, ठीक है। इससे पहले अपने मतलब फादर साहब ने, दादा जी ने, उन्होंने भी रखे हैं घोड़े? दादा जी सीगे मेरे दयाल सिंह नेहंग सिंह, उन्होंने घोड़ियां रखी ने जी। ठीक है, थोरो ब्रीड घोड़ियां रखी ने उन्होंने, ते देसी घोड़े भी रखे ने जी। अच्छा जी, हां जी। ਤੇ ਮਤਲਬ ਇਸ ਜਿਵੇਂ ਕਿ ਤੁਸੀਂ ਮੈਨੂੰ ਪਹਿਲਾਂ ਵੀ ਦੱਸਿਆ ਸੀ ਵੀ ਤੁਸੀਂ ਨੁਕਰਾ ਘੋੜਾ ਰੱਖਿਆ ਹੋਇਆ ਹਨਾ, ਤੇ ਇਹ ਤੇ ਪਹਿਲਾਂ ਹੋਰ ਕੋਈ ਬਰੀਡ ਵੀ ਰੱਖੀ ਸੀਗੀ ਜੀ? ਹਾਂਜੀ ਹਾਂਜੀ, ਪਹਿਲਾਂ ਆਪਣੇ ਕੋਲੇ 68 ਇੰਚ ਘੋੜਾ ਸੀਗਾ ਜੀ ਮਾਰਵਾੜੀ। ਅੱਛਾ ਜੀ, ਬਲੈਕ ਵਾਲਾ, ਉਹ ਸੇਲ ਕਰਤਾ ਸੀਗਾ ਜੀ। ਅੱਛਾ ਜੀ, ਤੇ ਗੋਲਡ ਸਟਾਰ ਦੀ ਬਿਸ਼ੇਰੀ ਆ ਜੀ ਹੁਣ ਇਸ ਟਾਈਮ ਮੌਜੂਦ, ਉਹ ਵੀ ਰੱਖੀ ਹੋਈ ਆ। ਅੱਛਾ ਜੀ, ਹਾਂਜੀ। ਤੇ ਜਿਵੇਂ ਹੁਣ ਇਹ ਨੁਕਰਾ ਘੋੜਾ ਹੈ ਹਨਾ, ਤਾਂ ਤੁਹਾਡੇ ਦਿਲ 'ਚ ਕਦੇ ਇਹ ਨਹੀਂ ਆਇਆ ਵੀ ਇਹਨੂੰ ਛੱਡ ਕੇ ਕੋਈ ਹੋਰ ਬਰੀਡ ਰੱਖੀ ਜਾਵੇ? ਨਹੀਂ ਨਹੀਂ, ਇਹ ਨਹੀਂ ਛੱਡਣਾ ਜੀ, ਇਹ ਤਾਂ ਆਪਣੇ ਬਸ ਰਗਾਂ 'ਚ ਬੈਠਿਆ ਹੋਇਆ ਜੀ। ਅੱਛਾ ਜੀ, ਨਾਲ ਹੀ ਰਹੂਗਾ ਜੀ। ਮੈਂ ਸ਼ੁਰੂ ਤੇ ਪਸੰਦ ਇਹੀ ਹੈ ਵੀ ਹਨਾ, ਦਾ ਜੰਪਾ ਲਾ ਜੀ, ਘਰੇ ਜੰਮਿਆ ਹੋਇਆ। ਅੱਛਾ ਜੀ, ਠੀਕ ਹੈ। ਤੇ ਮੈਨੂੰ ਹੋਰ ਦੱਸੋ ਆਪਦੇ ਘੋੜੇ ਬਾਰੇ ਕੁਛ ਜੀ। ਤਾਂ ਇਹਦੀ ਬਲੱਡ ਲਾਈਨ ਹੈ ਜੀ, ਰਾਜੂ ਘੋੜੇ ਡੋੜ ਵਾਲੇ ਦਾ ਬੱਚਾ ਜੀ, ਇਹ ਭਾਨੇ ਵਾਲੀ ਬਲੱਡ ਲਾਈਨ ਹੈ। ਅੱਛਾ ਜੀ, ਮਾਂ ਪੱਖੋਂ ਜੀ ਇਹ ਮਾਂ ਵੀ ਨੌਕਰੀ ਹੋਣੀ ਨੌ ਨੌਕਰੀ ਘੋੜੀ ਸੀਗੀ, ਚੰਗੀ ਘੋੜੀ ਸੀ ਬਹੁਤ ਜ਼ਿਆਦਾ, ਹੋਰ ਵਾਲੇ ਘੋੜੇ ਦੀ ਡਾਇਰੈਕਟ ਬੱਚੀ ਸੀਗੀ ਜੀ ਉਹ। ਅੱਛਾ ਜੀ, ਠੀਕ ਹੈ। ਘੋੜੇ ਦਾ ਖਾਨਦਾਨ ਬਹੁਤ ਜ਼ਿਆਦਾ ਚੰਗਾ, ਮਤਲਬ ਕਹਿ ਦਈਏ ਵੀ ਵਧੀਆ ਬਲੱਡ ਲਾਈਨ ਚੋਂ ਆਈ ਹਨਾ ਜੀ। ਬਲੱਡ ਲਾਈਨ ਹੈ, ਠੀਕ ਹੈ ਜੀ। ਤੇ ਮਤਲਬ ਹੁਣ ਤੁਸੀਂ ਇਹਨੂੰ ਕ੍ਰਾਸ ਵੀ ਕਰਾਉਂਦੇ ਹੋ ਘੋੜੀਆਂ ਹਨਾ? ਹਾਂਜੀ, ਜਿਵੇਂ ਕਿ ਹੁਣ ਸੀਜ਼ਨ ਚੱਲਦਾ ਹੈ, ਸੀਜ਼ਨ ਦੀਆਂ 25-30 ਘੋੜੀਆਂ ਹੋ ਗਈਆਂ ਜੀ। ਹਾਂਜੀ ਹਾਂਜੀ, ਤੇ ਕ੍ਰਾਸਿੰਗ ਚੱਲਦੀ ਹੈ ਜੀ ਘੋੜੇ ਦੀ, ਠੀਕ ਹੈ। ਤੇ ਭਾਅ ਜੀ ਮੈਨੂੰ ਐਂ ਦੱਸੋ, ਜਿਵੇਂ ਹੁਣ ਤੁਸੀਂ ਇਹ ਘੋੜਾ ਰੱਖਿਆ ਹੋਇਆ, ਇਹਦੀ ਫੀਸ ਕਿੰਨੀ ਕੁ ਲੈਂਦੇ ਹੋ ਕ੍ਰਾਸਿੰਗ ਦੀ? ਇਹਦੀ ਫੀਸ ਪਰਪਲ ਵੈਸੇ 11,000 ਰੁਪਈਆ ਜੀ। ਅੱਛਾ ਜੀ, ਕੋਈ ਯਾਰ ਦੋਸਤ ਆ ਜਾਂਦਾ ਚਲੋ ਉਦੋਂ ਆਪਾਂ ਕਰ ਵੀ ਲੈਂਦੇ ਹਾਂ, ਪਰ 11,000 ਫੀਸ ਹੈ ਜੀ ਘੋੜੇ ਦੀ, ਠੀਕ ਹੈ। ਤੇ ਮਤਲਬ ਵੀ ਸੀਜ਼ਨ 'ਚ ਕਿੰਨੀਆਂ ਕੁ ਘੋੜੀਆਂ ਕੱਢ ਦਿੰਦਾ ਜੀ ਇਹ? ਸੀਜ਼ਨ ਦੀਆਂ ਲਗਭਗ 25-30 ਘੋੜੀਆਂ ਤਾਂ ਹੋ ਜਾਣਗੀਆਂ ਜੀ। ਠੀਕ ਹੈ, ਇਹ ਚੱਲਦਾ ਪਿਆ ਜੀ, 20+ ਹੋ ਗਈਆਂ। ਅੱਛਾ ਜੀ, ਕੰਪੀਟੀਸ਼ਨ ਬਹੁਤ ਆ ਜੀ ਹੁਣ, ਘੋੜੇ ਬਹੁਤ ਜ਼ਿਆਦਾ ਆ ਗਏ। ਠੀਕ ਹੈ। ਤੇ ਵੀਰ ਜੀ ਮੈਨੂੰ ਐਂ ਦੱਸੋ ਵੀ ਜਿਵੇਂ ਹਨਾ ਕੋਈ ਰੇਸ ਵਾਲਾ ਘੋੜਾ ਹੋ ਗਿਆ ਹਨਾ, ਤਾਂ ਮਤਲਬ ਇਹਦਾ ਕੋਈ ਬੱਚਾ ਇਹੋ ਜਿਹਾ ਵੀ ਨਿਕਲਿਆ ਜਿਹੜਾ ਰੇਸ ਪੱਖੋਂ ਗਿਆ ਹੋਵੇ ਜਾਂ ਇਹੋ ਜਿਹਾ ਕੋਈ? ਨਹੀਂ, ਰੇਸ ਪੱਖੋਂ ਉਦਾਂ ਬੱਚੇ ਕੋਈ ਨਹੀਂ, ਕਿਉਂਕਿ ਹੁਣ ਜਿਹੜੇ ਰੇਸ ਵਾਲੇ ਘੋੜੇ ਨੇ ਉਹਨਾਂ ਦਾ ਬਲੱਡ ਬਹੁਤ ਹੋਰ ਬਲੱਡ ਹੈ ਜੀ। ਅੱਛਾ ਜੀ, ਦੇਸੀ ਘੋੜਾ ਜੀ। ਠੀਕ ਹੈ, ਠੀਕ ਹੈ ਜੀ। ਫਿਰ ਤੁਸੀਂ ਇਹਦੀ ਕਦੇ ਮਤਲਬ ਰੇਸ 'ਚ ਨਹੀਂ ਲੈ ਕੇ ਗਏ ਇਹਨੂੰ ਕਦੇ? ਨਹੀਂ, ਰੇਸ 'ਚ ਨਹੀਂ ਲੈ ਗਏ ਜੀ। ਠੀਕ ਹੈ। ਤੇ ਊਂ ਕਹਿ ਦਈਏ ਤੁਸੀਂ ਸ਼ੌਂਕ ਨੂੰ ਰੱਖਿਆ ਹੋਇਆ ਵੀ ਸ਼ੌਂਕ ਪਗਾ ਰਹੇ ਹਨ? ਇਹ ਕੰਮ ਹੈ ਜੀ, ਇਹ ਨੁਕਰੇ ਘੋੜੇ ਨੇ ਜਿਹੜੇ ਬਰੀਡਿੰਗ ਵਾਸਤੇ ਨੇ ਜੀ, ਰੇਸ ਵਾਸਤੇ ਨਹੀਂ। ਅੱਛਾ ਜੀ, ਤੇ ਮੈਨੂੰ ਹੋਰ ਜਾਣਕਾਰੀ ਦਿਓ, ਜਿਵੇਂ ਤੁਸੀਂ ਕਹਿ ਰਹੇ ਨੁਕਰੇ ਘੋੜੇ ਹਨਾ ਵੀ ਸਿਰਫ ਸ਼ੌਂਕੀਆ ਤੌਰ ਤੇ ਆਲਮੋਸਟ ਰੱਖਦੇ ਨੇ ਲੋਕੀ ਹਨਾ, ਤੇ ਜਿਹੜੇ ਮਾਰਵਾੜੀ ਹੁੰਦੇ ਨੇ ਉਹੀ ਰੇਸਾਂ 'ਚ ਜ਼ਿਆਦਾ? ਨਹੀਂ ਨਹੀਂ, ਮਾਰਵਾੜੀ ਵੀ ਬਰੀਡਿੰਗ ਵਾਸਤੇ ਨੇ ਜੀ, ਭੱਜਣ ਵਾਸਤੇ ਘੋੜੇ ਹੋਰ ਨੇ ਜੀ। ਅੱਛਾ ਜੀ, ਤਾਂ ਮੈਂ ਕਹਿ ਦਈਏ ਵੀ ਉਹ ਘੋੜੇ ਤੇ ਡਿਪੈਂਡ ਕਰਦਾ ਹੈ ਵੀ ਕਿਵੇਂ ਕਿੰਨੇ ਨੇ ਨਿਕਲਦਾ ਹੀ ਹਨਾ। ਠੀਕ ਹੈ, ਮਾਰਵਾੜੀ ਤੇ ਨੋਕਰਾ ਘੋੜਾ ਜਿਹੜਾ ਬਰੀਡਿੰਗ ਵਾਸਤੇ ਵਰਤਿਆ ਜਾਂਦਾ। ਅੱਛਾ ਜੀ, ਤੇ ਮੈਨੂੰ ਐਂ ਦੱਸੋ ਇਹਦੀ ਤਾਂ ਹਾਈਟ ਬਹੁਤ ਹੈ, ਹਾਈਟ ਕਿੰਨੀ ਕੁ ਆਈ ਹੈ ਇਹਦੀ? ਇਹਦੀ 64 ਇੰਚ ਹਾਈਟ ਹੈ ਜੀ, ਫੱਟੀ ਵਾਲੀ ਬਟਰ ਸਕੀਨ। ਅੱਛਾ ਜੀ, 64 ਇੰਚ ਹਾਈਟ ਹੈ ਜੀ, ਠੀਕ ਹੈ ਠੀਕ ਹੈ। ਤੇ ਆਪਣੇ ਪਿੰਡ ਚੋਂ ਮੈਨੂੰ ਲੱਗਦਾ ਆਪਣੇ ਕੋਲ ਸਭ ਤੋਂ ਉੱਚਾ ਘੋੜਾ ਤਾਂ ਆਪਣਾ ਹੀ ਹੈ ਹਨਾ? ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਜੀ। 11 ਸਾਲ ਲੋ ਹੋ ਗਏ ਮਤਲਬ ਰੱਖਿਆ ਨੂੰ, 2011 ਤੋਂ ਰੱਖਿਆ ਹੋਇਆ ਹੈ। 11 ਸਾਲ ਚ ਰੱਖਿਆ, ਇਹ 6 ਸਾਲ ਦੀ ਉਮਰ ਹੈ ਜੀ ਘੋੜੇ ਦੀ ਇਹਦੀ। ਅੱਛਾ, 6 ਸਾਲ ਦੀ ਉਮਰ ਹੈ ਜੀ, ਠੀਕ ਹੈ ਠੀਕ ਹੈ। ਜੀ ਭਾਈ ਇਹਦੀ ਇਦਾਂ ਆ ਵੀ ਇਹ ਸਪੋਰਟਲੈਸ ਆ ਇਹ, ਹਾਂਜੀ, ਕੋਈ ਕਢਾਇਆ ਨਹੀਂ ਪਿਆ, ਕੋਈ ਜਿਵੇਂ ਆਮ ਟ੍ਰੈਂਡ ਚੱਲਦਾ ਲੋਕ ਕਢਵਾ ਦਿੰਦੇ ਆ। ਹਾਂਜੀ ਹਾਂਜੀ ਹਾਂਜੀ, ਇਹ ਓਰੀਜਨਲ ਆ ਜੀ, ਓਰੀਜਨਲ ਘੋੜਾ ਜੀ ਉਦਾਂ ਹੀ ਓਰੀਜਨਲ, ਮੈਂ ਨਹੀਂ ਕੋਈ ਛੇੜਦਾ ਨਹੀਂ, ਕੋਈ ਜਿਵੇਂ ਮਾੜਾ ਮੋਟਾ 1-2 ਦਾਗ ਹੋਣਗੇ ਪਿੰਡੇ 'ਚ, ਹਾਂਜੀ ਹਾਂਜੀ, ਤਾਂ ਨਹੀਂ
ਦੋ ਮਾਰਵਾੜੀ ਘੋੜੀਆਂ ਵੀ ਆਪਣੇ ਕੋਲ ਰੈਂਬੋ ਦੀ ਘੋੜੀ ਬੱਚੀ ਆਈ ਸੀ ਸਾਇਰ ਤਾਂ ਰੈਂਬੋ ਅੱਛਾ ਜੀ ਉਹਦੇ ਪਰ ਵੀ ਨੁਕਰਾ ਬੱਚਾ ਦਿੱਤਾ ਹੈ ਘੋੜੇ ਨੇ ਠੀਕ ਹੈ ਠੀਕ ਹੈ ਨੀਲੀਆਂ ਤੇ 101% ਮਤਲਬ ਨੁਕਰਾ ਬੱਚਾ ਦਿੰਦਾ ਵਾ ਠੀਕ ਹੈ ਤੇ ਵੀਰ ਮੈਨੂੰ ਐਂ ਦੱਸੋ ਜਿਵੇਂ ਹੁਣ ਇਹਦੇ ਅੱਗੇ ਬੱਚੇ ਹੁੰਦੇ ਨੇ ਹਨਾ ਤੇ ਉਹ ਉਹਨਾਂ ਦਾ ਰੰਗ ਕਿਵੇਂ ਦਾ ਇਹਦੇ ਵਰਗਾ ਹੀ ਨਿਕਲਦਾ ਸੁਨੱਖ ਪਣਾ ਮਤਲਬ ਕਿ ਥੋੜਾ ਵੀ ਡਿਫਰੈਂਟ ਤੁਸੀਂ ਸੁਣੀ ਹੋਈ ਲਾਈਨ ਮੱਝੂ ਕੇ ਲਾਈਨ ਹਾਂਜੀ ਹਾਂਜੀ ਮੱਝੂ ਕੇ ਲਾਈਨ ਮੱਝੂ ਕੇ ਲਾਈਨ ਜਿਵੇਂ ਹੱਡ ਪੈਰ ਬਾਡੀ ਸਟਰਕਚਰ ਉਹਨਾਂ ਦਾ ਹੈਵੀ ਹੁੰਦਾ ਹਾਂਜੀ ਉਦਾਂ ਹੀ ਇਹਦਾ ਬੱਚਿਆਂ ਦਾ ਅੱਛਾ ਜੀ ਤੇ ਸਾਡੇ ਨਾਲ ਹੀ ਆ ਪੌਤ ਪਿੰਡ ਹੀ ਅੱਛਾ ਜੀ ਉਹ ਬੱਚੀ ਇਹਦੇ ਮਤਲਬ ਨਿਕੰਦਾ ਖੀਰੀ ਜਮਾਈ ਅੱਛਾ ਮਤਲਬ 62 ਤੇ ਪਾਰ ਹੋਈ ਹੈ ਵਾਟਰ ਸਕੇਲ ਨਾਲ ਅਸੀਂ ਆਪ ਕਰਕੇ ਆਏ ਆ ਉਹਦੀ ਹਾਈਟ ਮੈਜ਼ਰ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਸਟਰਕਚਰ ਤੇ ਘੋੜਾ ਦੇਖ ਲੈ ਮਤਲਬ ਘੋੜੀ ਦੇਖ ਲਈ ਉਹ ਬਸ਼ੇਰੀ ਅੱਛਾ ਜੀ ਡਿਟੋ ਕਾਪੀ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਵੀਰ ਜੀ ਤੁਸੀਂ ਤੁਹਾਨੂੰ ਵੀ ਸ਼ੌਂਕ ਹੈ ਘੋੜਿਆਂ ਦਾ ਹਨਾ ਤੇ ਬਾਈ ਜੀ ਤੁਹਾਨੂੰ ਵੀ ਹੈ ਹਨਾ ਤੇ ਤੁਸੀਂ ਕਿੰਨੇ ਸਮੇਂ ਤੇ ਰੱਖ ਰਹੇ ਹੋ ਘੋੜੇ ਬਾਈ ਮੈਂ ਮੇਰੀ ਉਮਰ 14 ਸਾਲ ਦੀ ਹੁਣ 30 ਸਾਲ ਹੋ ਗਈ ਅੱਛਾ ਮਤਲਬ ਕਹਿ ਰਹੀ ਹੈ ਵੀ 14 ਸਾਲ ਦੇ ਰੱਖਦੇ ਹਾਂ ਬਾਈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਉਹ ਬਹੁਤ ਵਧੀਆ ਗੱਲ ਹੈ ਜੀ ਤੇ ਐ ਦੱਸੋ ਵੀਰ ਜਿਵੇਂ ਹੁਣ ਤੁਸੀਂ ਇਹ ਘੋੜਾ ਰੱਖਿਆ ਹੋਇਆ ਹਨਾ ਜੇ ਇਹਨੂੰ ਕਦੇ ਢਿੱਲਾ ਮੱਠਾ ਹੋ ਜਾਵੇ ਫੇਰ ਕਿਵੇਂ ਕਿਹਦੇ ਕੋਲ ਲੈ ਕੇ ਜਾਂਦੇ ਹੋ ਤੁਸੀਂ ਮਾੜਾ ਮੋਟੀ ਪ੍ਰੋਬਲਮ ਆਉਂਦੀ ਹੈ ਤਾਂ ਸਰ ਜਾਂਦਾ ਜੀ ਘਰੇ ਟੀਕੇ ਟੂਕੇ ਆਪ ਲਾ ਲੈਣੇ ਆ ਅੱਛਾ ਜੀ ਜ਼ਿਆਦਾ ਲੋੜ ਪਏ ਡਾਕਟਰ ਸਾਹਿਬ ਨੇ ਕਰਮਜੀਤ ਬਰਨਾਲੇ ਤੋਂ ਉਹ ਆ ਜਾਂਦੇ ਨੇ ਸੁਖਜੀਵਨ ਡਾਕਟਰ ਸਾਡੇ ਇੱਥੇ ਡਾਕਟਰ ਪਾਲ ਨੇ ਠੀਕ ਹੈ ਸਾਡੇ ਠੰਡਾ ਚ ਕਿਵੇਂ ਕੇਅਰ ਰੱਖਦੇ ਹੋ ਜੀ ਤੁਸੀਂ ਇਹਦੀ ਨਹੀਂ ਠੰਡ ਦੇ ਵਿੱਚ ਤਾਂ ਚਲੋ ਅੰਦਰ ਬੰਦ ਹੋ ਜਾਂਦੇ ਨੇ ਕਮਰੇ ਕਮਰੇ ਬੰਦ ਕਰਾਂ ਹੁਣ ਤਾਂ ਗਰਮੀ ਚ ਆ ਗਈ ਹੁਣ ਫਿਰ ਇਹਨਾਂ ਨੂੰ ਗਰਮੀ ਹੋ ਗਈ ਬਾਈ ਸਿਆਲ ਹੋ ਗਿਆ ਉਹਦੇ ਆਪਣੇ ਆਪਣੀ ਡਾਈਟ ਆ ਅੱਛਾ ਜੀ ਜਿਵੇਂ ਗਰਮੀ ਆ ਹੁਣ ਚੱਲ ਰਹੀ ਹੈ ਤੇ ਥੋੜੇ ਠੰਡੀ ਉਹ ਚ ਚੱਲਦੇ ਆ ਹਾਂਜੀ ਹਾਂਜੀ ਜਿਹੜਾ ਸਰੀਰ ਆਪਣਾ ਫਿੱਟ ਰੱਖੇ ਇੱਕ ਗਰਮੀ ਨਹੀਂ ਹੁੰਦੀ ਘੋੜੇ ਨੂੰ ਹਾਂਜੀ ਹਾਂਜੀ ਤੇ ਜਿਵੇਂ ਸਿਆਲ ਚ ਥੋੜੀ ਗਰਮ ਕਰਾ ਕੇ ਦੇ ਦੇਣੀ ਆ ਠੀਕ ਹੈ ਠੀਕ ਹੈ ਜਿਵੇਂ ਹੁਣ ਗਰਮੀਆਂ ਚੱਲਦੀਆਂ ਨੇ ਗਰਮੀਆਂ ਚ ਸਪੈਸ਼ਲ ਖੁਰਾਕ ਕੀ ਦਿੰਦੇ ਹੋ ਜਿਹਦੇ ਨਾਲ ਘੋੜਾ ਜ਼ਿਆਦਾ ਗਰਮ ਨਾ ਹੋਵੇ ਹਨਾ ਹੁਣ ਤਾਂ ਆਮ ਜੌਂ ਜਵੀ ਚੱਲਦੀ ਹੈ ਜ਼ਿਆਦਾ ਸਿਆਲ ਦੇ ਵਿੱਚ ਅਸੀਂ ਬਾਜਰਾ ਜ਼ਿਆਦਾ ਯੂਜ਼ ਕਰਦੇ ਹਾਂ ਛੋਲੇ ਜੌਂ ਜਵੀ ਅੱਛਾ ਜੀ ਜਿਵੇਂ ਸਿਆਲ ਦੀ ਡਾਇਟ ਦੇ ਵਿੱਚ ਅਸੀਂ ਬਾਜਰਾ ਯੂਜ਼ ਕਰਦੇ ਹਾਂ ਗਰਮ ਹੁੰਦਾ ਜੀ ਹੁਣ ਜਿਹੜੀ ਗਰਮੀ ਦੀ ਡਾਇਟ ਆ ਉਹਦੇ ਵਿੱਚ ਜੌਂ ਜਵੀ ਜ਼ਿਆਦਾ ਯੂਜ਼ ਕਰਦੇ ਹਾਂ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਘੋੜਾ ਫਿਰ ਗਰਮ ਨਹੀਂ ਜ਼ਿਆਦਾ ਰਹਿੰਦਾ ਠੰਡਾ ਰਹਿੰਦਾ ਜੀ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਘੱਟ ਰਹਿੰਦਾ ਜੀ ਅੱਛਾ ਜੀ ਤੇ ਇਹ ਕਿੰਨਾ ਕੁ ਅਗਰੈਸਿਵ ਹੈ ਜੀ ਤੁਹਾਡੇ ਸਾਹਮਣੇ ਆ ਜੀ ਬਹੁਤ ਜ਼ਿਆਦਾ ਗਰਮ ਹੈ ਜੀ ਉਹਦਾ ਪੂਰਾ ਬੈਲ ਹੀ ਹੈ ਜੀ ਤੇ ਫਿਰ ਇਹਨੂੰ ਰਾਈਡ ਕੌਣ ਕਰਦਾ ਜੀ ਰਾਈਡ ਮੈਂ ਵੀ ਕਰ ਲੈਣਾ ਵੀਰਾ ਵੀ ਕਰ ਲੈਣਾ ਸਾਰੇ ਕਰਦੇ ਆ ਅੱਛਾ ਜੀ ਭਤੀਜਾ ਬਾਹਰ ਚਲੇ ਗਿਆ ਜੀ ਕਰਨ ਜੀ ਅੱਛਾ ਜੀ ਕੈਨੇਡਾ ਚਲੇ ਗਿਆ ਜੀ ਠੀਕ ਹੈ ਉਹਨੂੰ ਰਾਈਡ ਦਾ ਜ਼ਿਆਦਾ ਸ਼ੌਂਕ ਸੀ ਉਹ ਜ਼ਿਆਦਾ ਕਰਦਾ ਸੀਗਾ ਠੀਕ ਹੈ ਜੀ ਹਾਂਜੀ ਹੁਣ ਬਾਹਰ ਚਲੇ ਗਿਆ ਚਲੋ ਦੋਸਤੋ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਬਾਦਲ ਘੋੜਾ ਦਿਖਾਇਆ ਹੈ ਤੇ ਹੁਣ ਤੁਹਾਨੂੰ ਇੱਕ ਘੋੜੀ ਦਿਖਾਉਂਦੇ ਹਾਂ ਤੇ ਬਾਈ ਮੈਨੂੰ ਆ ਆਪਣੀ ਘੋੜੀ ਬਾਰੇ ਵੀ ਕੁਛ ਦੱਸੋ ਇਹ ਕਿੰਨੇ ਕੁ ਉਮਰ ਦੀ ਹੈ ਜੀ ਇਹ ਇਹ ਜੀ 4 ਦੰਦ 3.5 ਸਾਲ ਦੀ ਘੋੜੀ ਹੈ ਅੱਛਾ 3.5 ਸਾਲ ਦੀ ਹੈ ਜੀ ਠੀਕ ਹੈ ਕੀ ਨਾਮ ਹੈ ਜੀ ਇਹਦਾ ਇਹਦਾ ਰੇਵਨ ਨਾਮ ਹੈ ਅੱਛਾ ਰੇਵਨ ਹੈ ਠੀਕ ਹੈ ਠੀਕ ਹੈ ਕਿਹਦੀ ਮਤਲਬ ਬੇਟੀ ਹੈ ਇਹ ਇਹ ਗੋਲਡਨ ਸਟਾਰ ਘੋੜਾ ਹੈ ਜੀ ਅੱਛਾ ਜੀ ਸਮਾਨ ਖਾਨ ਲੈ ਗਏ ਸੀ ਉਹਨਾਂ ਕੋਲ ਜਾ ਕੇ ਉਹਦੀ ਡੈਥ ਹੋ ਗਈ ਘੋੜੀ ਉਹਦੀ ਬੱਚੀ ਹੈ ਜੀ ਅੱਛਾ ਠੀਕ ਹੈ ਮਤਲਬ ਇਹ ਵੀ ਚੰਗੀ ਬ੍ਰੀਡ ਦੀ ਹੈ ਹਨਾ ਬਹੁਤ ਚੰਗਾ ਘੋੜਾ ਹੈ ਜੀ ਗੋਲਡਨ ਸਟਾਰ ਠੀਕ ਹੈ ਫੇ ਇਹਨੂੰ ਵੀ ਰਾਈਡ ਵਾਸਤੇ ਕੱਢਦੇ ਹੁੰਨੇ ਹਾਂਜੀ ਹਾਂਜੀ ਇਹਨੂੰ ਰਾਈਡ ਵਾਸਤੇ ਕੱਢਦੇ ਹਾਂ ਠੀਕ ਹੈ ਜੀ ਤੇ ਕੋਈ ਤੁਸੀਂ ਦਿਨ ਰੱਖਿਆ ਹੋਇਆ ਵੀ ਸੰਡੇ ਨਹੀਂ ਕੱਢਦੇ ਹੋ ਜਾਂ ਮਤਲਬ ਐਸੇ ਹੀ ਆਪਾਂ ਕਿਹੜਾ ਕੋਈ ਜੌਬ ਵਾਲੇ ਆ ਖੇਤੀ ਵਾਲੇ ਬਾੜੀ ਵਾਲੇ ਬੰਦੇ ਆ ਜਦੋਂ ਟਾਈਮ ਲੱਗਦਾ ਜਦੋਂ ਬਾਈ ਹੁਣੀ ਆ ਗਏ ਅੱਛਾ ਜੀ ਉੱਥੇ ਹੋ ਕੇ ਫਿਰ ਰਾਈਡ ਕਰਦੇ ਆ ਜੀ ਅਸੀਂ ਠੀਕ ਹੈ ਠੀਕ ਹੈ ਤਾਂ ਬਾਈ ਉਹਨਾਂ ਨਾਲ ਵੀ ਸਾਡਾ ਬਹੁਤ ਗੂੜਾ ਪਿਆਰ ਹੈ ਹਨਾ ਜੀ ਕਹਿ ਦਈਏ ਹਨਾ ਬਸ ਜਿਵੇਂ ਕਹਿ ਲਓ ਵੀ ਘੋੜੇ ਕਰਕੇ ਜਾਂ ਕਹਿ ਲਓ ਘੋੜਾ ਹੀ ਆ ਸਾਡਾ ਮੇਨ ਪਰਪਸ ਤਾਂ ਘੋੜੇ ਨੇ ਸਾਡੀ ਯਾਰੀ ਦੋਸਤੀ ਇੱਕ ਭਾਈਆਂ 'ਚ ਬਦਲਤੀ ਅੱਛਾ ਅੱਛਾ ਜੀ ਭਾਈਆਂ ਨਾਲੋਂ ਵੱਧ ਪਿਆਰ ਪੈ ਗਿਆ ਵੀਰੇ ਨਾਲ ਠੀਕ ਹੈ ਬਾਈ ਬਹੁਤ ਹੈ ਜੀ ਜਦੋਂ ਵੀ ਟਾਈਮ ਮਿਲਦਾ ਹੈ ਫ੍ਰੀ ਹੁੰਦੇ ਨੇ ਜਦੋਂ ਮੇਰੇ ਕੋਲ ਆ ਜਾਂਦੇ ਨੇ ਜਦੋਂ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਇਹਨਾਂ ਕੋਲ ਚਲੇ ਜਾਂਦੇ ਹਾਂ ਠੀਕ ਹੈ ਟਾਈਮ ਪਾਸ ਇਦਾਂ ਕਰ ਲਈਦਾ ਠੀਕ ਹੈ ਠੀਕ ਹੈ ਮਤਲਬ ਬਾਈ ਜੀ ਉਹਨਾਂ ਨੇ ਵੀ ਘੋੜੇ ਰੱਖੇ ਹੋਏ ਨੇ ਹਨਾ ਬਾਈ ਹਾਂਜੀ ਇਹਨਾਂ ਕੋਲ ਅਲੀ ਬਾਬਾ ਘੋੜਾ ਜੀ ਅੱਜ ਦਾ ਉਸ ਟਾਈਮ ਰੇਸਾਂ ਦੇ ਉੱਪਰ ਠੀਕ ਹੈ ਪਹਿਲਾਂ ਵੀ ਇਹਨਾਂ ਕੋਲ ਘੋੜੇ ਭੱਜੇ ਨੇ ਜੀ ਫਸਟ ਨੰਬਰ ਕਰਦੇ ਰਹੇ ਨੇ ਠੀਕ ਹੈ ਠੀਕ ਹੈ ਘੋੜਾ ਹੋਇਆ ਓਕੇ ਪਹਿਲਾਂ ਸੀਗਾ ਦੂਜਾ ਤੇ ਬਾਈ ਮੈਨੂੰ ਐਂ ਦੱਸੋ ਵੀ ਜਿਵੇਂ ਬਾਈ ਉਹਨਾਂ ਨੇ ਰੇਸਿੰਗ ਘੋੜੇ ਰੱਖੇ ਤੁਹਾਡੇ ਦਿਲ 'ਚ ਨਹੀਂ ਆਇਆ ਵੀ ਯਾਰ ਮੈਂ ਵੀ ਕੋਈ ਇਹੋ ਜਿਹਾ ਰੇਸ ਵਾਲਾ ਘੋੜਾ ਰੱਖਣਾ ਹੈ ਬਸ ਆਪਣਾ ਹੀ ਹੈ ਜੀ ਉੱਥੇ ਠੀਕ ਹੈ ਬਸ ਮੇਰਾ ਜਾਣੀ ਜ਼ਿਆਦਾ ਨੁਕਰੇ ਘੋੜੇ ਦਾ ਸ਼ੌਂਕ ਸੀਗਾ ਉਹ ਘਰੇ ਬੱਚਾ ਪਾਲਿਆ ਜੀ ਆਪਾਂ ਨੇ ਇਦਾਂ ਠੀਕ ਹੈ ਹਾਂਜੀ ਤੇ ਬਸ ਜਦੋਂ ਜੀ ਕਰਦਾ ਫਿਰ ਬਾਈ ਉਹਨਾਂ ਨਾਲ ਜਾ ਕੇ ਟੂਰਨਾਮੈਂਟ 'ਤੇ ਜਾਂਦਾ ਜੀ ਹਾਂਜੀ 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 ਤੇ ਜਿਵੇਂ ਹੁਣ ਪਿੰਡ 'ਚ ਤਾਂ ਕਹਿ ਦਈਏ ਮਤਲਬ ਵੀ ਤੁਹਾਡੇ ਘੋੜੇ ਕਰਕੇ ਤੁਹਾਨੂੰ ਜਾਣਿਆ ਜਾਂਦਾ ਕਹਿ ਮਤਲਬ ਮੈਂ ਕਹਿਣ ਦਾ ਮਤਲਬ ਇਹ ਹੈ ਵੀ
ਵੀ ਤੁਸੀਂ ਆਪਣੇ ਘੋੜੇ ਕਰਕੇ ਮਸ਼ਹੂਰ ਹੋ ਹਨਾ ਬਿਲਕੁਲ ਠੀਕ ਹੈ ਠੀਕ ਹੈ ਤੇ ਕੱਦ ਇਹਦਾ 64 ਇੰਚ ਹੈ ਹਨਾ ਤੇ ਇਹਦੇ ਆਪਣੀ ਘੋੜੀ ਦਾ ਕਿੰਨਾ ਕੱਦ ਹੈ ਇਹਦਾ 65-66 ਇੰਚ ਹਾਈਟ ਹੈ ਅੱਛਾ ਜੀ ਤੇ ਵੈਸੇ ਉਮਰ ਦੇ ਹਿਸਾਬ ਨਾਲ ਤਾਂ ਸਹੀ ਹੈ ਹਨਾ ਜੀ ਇਹਦਾ ਹੋਰ ਵਾਧੂ ਕੀ ਬੱਚੀ ਹੈ ਜੀ ਠੀਕ ਹੈ ਸਾਊ ਜੀ ਲੱਗਦੀ ਹੈ ਹਨਾ ਠੀਕ ਹੈ ਤੇ ਬਾਈ ਹੋਰ ਦੱਸੋ ਵੀ ਤੁਹਾਨੂੰ ਮਤਲਬ ਫੈਮਿਲੀ ਚ ਹੋਰ ਕੌਣ ਸਪੋਰਟ ਕਰਦਾ ਜੀ ਮਤਲਬ ਫੈਮਿਲੀ ਦੀ ਫੁੱਲ ਸਪੋਰਟ ਹੈ ਜੀ ਅੱਛਾ ਜੀ ਹਾਂਜੀ ਮੇਰਾ ਫਾਦਰ ਸਾਹਿਬ ਦੀ ਹਾਂਜੀ ਹਾਂਜੀ ਮੰਮਾ ਦੀ ਮੇਰੀ ਵਾਈਫ ਕਰਨਦੀਪ ਕੌਰ ਓਕੇ ਤੇ ਸਾਰਿਆਂ ਦੀ ਸਪੋਰਟ ਹੈ ਬੱਚਿਆਂ ਨੂੰ ਸ਼ੌਂਕ ਜ਼ਿਆਦਾ ਹੈ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਇਹ ਸਵੇਰੇ ਉੱਠਦੀ ਸਰ ਪਹਿਲਾਂ ਉਰੇ ਨੂੰ ਆਉਣਗੇ ਅੱਛਾ ਸ਼ਾਮ ਨੂੰ ਅਸੀਂ ਉਰੇ ਕੰਮ ਕਰਨਾ ਘੋੜਿਆਂ ਦਾ ਕੁਝ ਵੀ ਕਰਨਾ ਤਾਂ ਇਹਨਾਂ ਨੂੰ ਨਾਲ ਆ ਕੇ ਮੇਰੇ ਨਾਲ ਅੱਛਾ ਹਾਂਜੀ ਇਹਨੂੰ ਤਾਂ ਬਹੁਤ ਜ਼ਿਆਦਾ ਮੇਰੇ ਨਾਲ ਵੀ ਜ਼ਿਆਦਾ ਸ਼ੌਂਕ ਹੋਣ ਲੱਗਦਾ ਠੀਕ ਹੈ ਫਿਰ ਰਾਈਡ ਵੀ ਕਰਦੇ ਹੋ ਜਦੋਂ ਇਹ ਆਜੂਗਾ ਤਾਂ ਇਹਨੂੰ ਦੇਖ ਕੇ ਘੋੜਾ ਰਸਤੇ ਦੇ ਵਿੱਚ ਉਹਦੀ ਪੈਰਾਂ ਦੀ ਆਵਾਜ਼ ਸੁਣ ਕੇ ਪਹਿਲਾਂ ਹਣਕੂਗਾ ਵੀ ਸਕਰਾਜ ਆ ਗਿਆ ਅੱਛਾ ਜੀ ਠੀਕ ਹੈ ਇਹਨੂੰ ਵੀ ਪਛਾਣਾ ਘੋੜੇ ਤੁਸੀਂ ਮਤਲਬ ਚਾਹੁੰਦੇ ਹੋ ਕਿ ਅੱਗੇ ਨੂੰ ਬੇਟਾ ਰਾਈਡ ਕਰੇਗਾ ਨਹੀਂ ਹਾਂਜੀ ਹਾਂਜੀ ਰਾਈਡ ਇਹਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਹੈ ਤਾਂ ਜਦ ਵੀ ਕਹਿੰਦਾ ਪਾਪਾ ਮੈਨੂੰ ਘੋੜੇ ਤੇ ਚੜਾਓ ਅੱਛਾ ਜੀ ਇਹਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਹੈ ਜਿਹੜਾ ਰੌਲਾ ਬਲਨੇ ਬਈ ਯਾਰ ਜਦ ਘੋੜਾ ਘੋੜੀ ਪਿੱਛੇ ਸਪੈਰ ਹੋ ਗਈ ਦੀ ਸਾਡੀ ਘੋੜੀ ਅੱਛਾ ਅੱਛਾ ਜੀ ਤੇ ਦੁਆਕਾਂ ਰੋਟੀ ਨਹੀਂ ਖਾਦੀਆਂ ਨੇ ਅੱਛਾ ਉਹ ਕਹਿ ਦਈਏ ਮੋਹ ਪਿਆਰੇ ਬਹੁਤ ਪੈ ਜਾਂਦਾ ਹਨਾ ਜੀ ਭਾਵੇਂ ਕੋਈ ਵੀ ਜਾਨਵਰ ਹੋਵੇ ਕਿ ਨਹੀਂ ਆਪਣੇ ਕੋਲ ਬਛੇਰਾ ਸੀਗਾ ਤਾਂ ਘੋੜੇ ਦਾ ਅੱਛਾ ਜੀ ਇੱਕ ਮੰਥ ਹੋ ਗਏ ਵਿਚਾਰਾ ਐਕਸਪਾਇਰ ਹੋ ਗਿਆ ਸੀਗਾ ਓਕੇ ਬੰਨ ਪੈ ਗਿਆ ਸੀ ਨਿਸ਼ਾਨ ਇਹਨਾਂ ਨੇ ਨਾ ਰੱਖਿਆ ਸੀ ਜਦੋਂ ਉਹ ਗੁਜ਼ਰ ਗਿਆ ਉਹਨੇ ਚੜਾਈ ਹੋ ਕਰ ਗਿਆ ਇਹ ਸਾਰੀ ਰਾਤ ਰੋਂਦੇ ਰਹੇ ਅੱਛਾ ਦੋਏ ਜਣੇ ਸੌਂਦੇ ਨਹੀਂ ਸੀ ਓਹੋ ਉਹ ਫੇਰ ਕਹਿ ਦਈਏ ਨਾ ਗੂੜਾ ਪਿਆਰ ਪੈ ਜਾਂਦਾ ਹੈ ਹਨਾ ਜੀ ਜਾਨਵਰਾਂ ਨਾਲ ਇੰਨਾ ਪਿਆਰ ਹੈ ਜੀ ਠੀਕ ਹੈ ਜੀ ਤੇ ਹੋਰ ਦੱਸੋ ਬਾਈ ਜਿਵੇਂ ਹੁਣ ਤੁਹਾਨੂੰ ਕਦੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਜਿਵੇਂ ਘੋੜਾ ਹੀ ਰੱਖ ਰਹੇ ਹੋ ਕੋਈ ਉਹ ਮਤਲਬ ਨਹੀਂ ਪ੍ਰੋਬਲਮ ਤਾਂ ਇਹੀ ਨਹੀਂ ਆਈ ਚਲੋ ਜਦੋਂ ਬਿਮਾਰ ਹੋ ਗਿਆ ਕੋਈ ਜਾਨਵਰ ਤਾਂ ਡਾਕਟਰ ਸਾਹਿਬ ਮਿਲ ਜਾਂਦੇ ਨੇ ਕੋਈ ਪ੍ਰੋਬਲਮ ਨਹੀਂ ਇੱਦਾਂ ਦੀ ਬਾਕੀ ਮਾੜਾ ਮੋਟਾ ਕੰਮ ਅਸੀਂ ਆਪ ਕਰ ਲੈਂਦੇ ਹਾਂ ਵੀਰੇ ਨੂੰ ਨੌਲੇਜ ਬਹੁਤ ਹੈ ਠੀਕ ਹੈ ਮੇਰੇ ਤੋਂ ਪਹਿਲਾਂ ਤਾਂ ਰੱਖਦੇ ਛੋਟੀ ਉਮਰ 'ਚ ਰੱਖਦੇ ਰਹੇ ਨੇ ਕੋਈ ਫਾਦਰ ਸਾਹਿਬ ਨੇ ਨਹੀਂ ਕਿਹਾ ਵੀ ਯਾਰ ਕਿਆ ਕੰਮਾਂ 'ਚ ਲੱਗੇ ਹੋਏ ਹੋ ਹਨਾ ਵੀ ਇਹ ਉਹਨਾਂ ਨੂੰ ਤਾਂ ਮੇਰੇ ਨਾਲ ਵੱਧ ਸ਼ੌਂਕ ਆ ਉਹ ਤਾਂ ਹੋਰ ਕਹਿੰਦੇ ਨੇ ਕਹਿੰਦੇ ਇੱਕ ਦੋ ਜਾਨਵਰ ਹੋਰ ਲੈ ਕੇ ਆਉਣੇ ਨੇ ਅੱਛਾ ਜੀ ਜੇ ਮੈਂ ਕਹਿ ਦਵਾਂ ਵੀ ਇੱਕ ਪਹਿਲਾਂ ਘੋੜੀ ਸੀ ਮੈਂ ਇਹ ਸੇਲ ਕਰ ਦੇਣੀ ਆ ਵੇਚਣੀ ਨਹੀਂ ਹੁੰਦੇ ਸੀ ਨਹੀਂ ਦੇਣੀ ਨਹੀਂ ਹੈਗੀ ਉਹ ਵੀ ਐਕਸਪਾਇਰ ਹੋ ਗਈ ਸੀ ਉਹਰੇ ਠੀਕ ਹੈ ਉਹਨਾਂ ਦਾ ਮੇਰੇ ਨਾਲ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਓਕੇ 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 ਫਾਦਰ ਸਾਹਿਬ ਕਰਦੇ ਰਹੇ ਆੜੀ ਨਹੀਂ ਉਹ ਰਾਈਡ ਘੱਟ ਕਰਦੇ ਨੇ ਠੀਕ ਹੈ ਠੀਕ ਹੈ ਤਾਂ ਉਹਨਾਂ ਦੀ ਉਮਰ ਤਕਰੀਬਨ 70 ਪਲੱਸ ਹੋ ਗਈ ਓਕੇ 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 ਕਹਿੰਦੇ ਹੁੰਦੇ ਨੇ ਮੈਂ ਚੜਨਾ ਪਰ ਅਸੀਂ ਚੜਨ ਨਹੀਂ ਦੇਈਏ ਠੀਕ ਹੈ ਜੀ ਚਲੋ ਠੀਕ ਹੈ ਜੀ ਜਿਵੇਂ ਤੁਸੀਂ ਫੈਮਿਲੀ ਤੁਹਾਡੀ ਬਾਹਰ ਗਈ ਹੋਈ ਹੈ ਹਨਾ ਤੇ ਉਹ ਸਾਰੇ ਸਪੋਰਟ ਕਰਦੇ ਨੇ ਤੁਹਾਨੂੰ ਹਾਂਜੀ ਹਾਂਜੀ ਮੇਰਾ ਬ੍ਰਦਰ ਹੈ ਜੀ ਗੁਰਪ੍ਰੀਤ ਸਿੰਘ ਅੱਛਾ ਜੀ ਹਾਂਜੀ ਕੈਨੇਡਾ ਟਰਾਂਸਪੋਰਟ ਦਾ ਕੰਮ ਉਹਨਾਂ ਦਾ ਠੀਕ ਹੈ ਹਾਂਜੀ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ ਅੱਛਾ ਤੇ ਉਹਨੂੰ ਤਾਂ ਇੰਨਾ ਕਿ ਜਦੋਂ ਛੁੱਟੀ ਆ ਜਾਂਦੇ ਨੇ ਇੰਨਾ ਜਨੂਨ ਹੈ ਸਵੇਰ ਸ਼ਾਮ ਉਹਨਾਂ ਨੂੰ ਗੱਦਾ ਪਾਓ ਘੋੜੇ ਦੇ ਕਾਠੀ ਪਾਓ ਮੈਂ ਜਿਹੜਾ ਦੇ ਕੇ ਆਉਣਾ ਬਹੁਤ ਜ਼ਿਆਦਾ ਉਹਨਾਂ ਨੂੰ ਮੈਨੂੰ ਮੇਰੀ ਫੁੱਲ ਸਪੋਰਟ ਆ ਉਹਨਾਂ ਕਰਦੇ ਨੇ ਵਿਚਾਰੇ ਓਕੇ ਹਾਂਜੀ ਠੀਕ ਹੈ ਠੀਕ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਪਰ ਹੁਣ ਥੋੜੇ ਕਰੋਨੇ ਕਰਕੇ ਆ ਨਹੀਂ ਸਕਦੇ ਆਏ ਨਹੀਂ ਹੈਗੇ 2 ਸਾਲ ਹੋ ਗਏ ਆਏ ਨਾ ਅੱਛਾ ਜੀ ਤੇ ਉਹ ਫਿਰ ਲੱਗੇ ਰਹਿੰਦੇ ਹੁਣੇ ਕਹਿੰਦੇ ਵੀਡੀਓ ਕਾਲ ਤੇ ਹਨਾ ਵੀ ਕਹਿ ਦਈਏ ਵੀ ਤਕਰੀਬਨ ਰੋਜ਼ੇ ਗੱਲ ਹੁੰਦੀ ਹੈ ਜੀ ਸਵੇਰ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਘੋੜੇ ਨਾਲ ਰੋਜ਼ ਹਰ ਰੋਜ਼ ਪੁੱਛਦੇ ਰਹਿੰਦੇ ਨੇ ਕਿਵੇਂ ਆਪਣਾ ਬਾਦਲ ਠੀਕ ਹੈ ਜੀ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵੀ ਘੋੜੇ ਦਾ ਨਾਮ ਹੋਵੇ ਘੋੜੇ ਕਰਕੇ ਹੁਣ ਸਾਡੀ ਪਹਿਚਾਣ ਹੈ ਘੋੜੇ ਕਰਕੇ ਹਾਂਜੀ 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 ਤਕਰੀਬਨ ਸਾਰੇ ਪੰਜਾਬ 'ਚ ਬੰਦੇ ਜਾਣਦੇ ਨੇ ਆਪਣੇ ਜਿੰਨੇ ਘੋੜੇ ਵਾਲੇ ਹਾਂਜੀ 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 ਜੇ ਕੋਈ ਪੁੱਛਦਾ ਹੈਪੀ ਦੇ ਨਾਂ ਨਾਲ ਜਾਣਦਾ ਵੀ ਜਿਹਦੇ ਕੋਲ ਕਾਲਾ ਨੁਕਰਾ ਘੋੜਾ ਹਾਂਜੀ ਹਾਂਜੀ ਪਹਿਲਾਂ ਆਪਣਾ ਕਾਲਾ ਘੋੜਾ ਸੀਗਾ ਉਹਦੀ ਹਾਈਟ ਬਹੁਤ ਜ਼ਿਆਦਾ ਸੀ ਅੱਛਾ ਉਹਦੇ ਕਰਕੇ ਤੇ ਇਹਦੇ ਕਰਕੇ ਆਪਾਂ ਨੂੰ ਸਾਰੇ ਬੰਦੇ ਜਾਣਦੇ ਨੇ ਠੀਕ ਹੈ ਜਿਹੜਾ ਪਹਿਲਾ ਘੋੜਾ ਸੀ ਮਤਲਬ ਉਹ ਕਿੰਨੇ ਕੁ ਟਾਈਮ ਤੱਕ ਰਿਹਾ ਤੁਹਾਡੇ ਕੋਲ ਉਹ ਤਕਰੀਬਨ 7.5-7 ਸਾਲ ਦਾ ਘੋੜਾ ਆਪਾਂ ਨੇ ਸੇਲ ਕਰਤਾ ਸੀ ਅੱਛਾ ਤੇ ਉਹ 6 ਮੰਥ ਦਾ ਲਿਆ ਸੀ ਬਾਈ ਬਿੰਦਰ ਉਹਨਾਂ ਦਾ ਡੋਡਾ ਲਿਆ ਤੋਂ ਅੱਛਾ ਕੋਲ ਇਹ ਘੋੜੇ ਦਾ ਫਾਦਰ ਸੀਗਾ ਠੀਕ ਹੈ ਉਹਨਾਂ ਨੇ ਵੀ ਸਾਨੂੰ ਗਿਫਟ ਦਿੱਤਾ ਸੀ ਠੀਕ ਹੈ 1000 ਬਾਈ ਨਾਲ ਜਾ ਕੇ ਦਵਾ ਕੇ ਲੈ ਕੇ ਆਏ ਸੀ ਸਾਨੂੰ ਅੱਛਾ ਜੀ ਤੇ ਉਹ ਘੋੜਾ ਵੀ ਬਹੁਤ ਰੀਝ ਨਾਲ ਰੱਖਿਆ ਸੀਗਾ ਪਰ ਹੁਣ ਸੇਲ ਤਾਂ ਕਰਤਾ ਵੀ ਕਾਲਿਆਂ ਦਾ ਟ੍ਰੈਂਡ ਥੋੜਾ ਜਿਹਾ ਖਤਮ ਹੁੰਦਾ ਜਾਂਦਾ ਸੀ ਅੱਛਾ ਜੀ ਹੁਣ ਮਾਰਵਾੜੀ ਦਾ ਟ੍ਰੈਂਡ ਚੱਲਦਾ ਹਾਂਜੀ ਹਾਂਜੀ ਹੁਣ ਮਾਰਵਾੜੀ ਪਟਿਆਲਾ ਕੋਈ ਜਾਨਵਰ ਲੈ ਰਹੇ ਆ ਠੀਕ ਹੈ ਠੀਕ ਹੈ ਲੱਭ ਰਹੇ ਨੇ ਹੁਣ ਦੇਖਦੇ ਆ ਮਤਲਬ ਜਿੱਥੇ ਵਧੀਆ ਦੇਖ ਜਾਵੇ ਤੁਸੀਂ ਫਿਰ ਉੱਥੇ ਕਰ ਲੈਣੇ ਹੋ ਕੰਮ ਹੈ ਕੋਈ ਵਧੀਆ ਲੈਣ ਦਾ ਘੋੜਾ ਲਵਾਂਗੇ ਜੀ ਹੋਰ ਠੀਕ ਹੈ ਆਨ ਟਾਈਮ ਜਿੱਥੇ ਵਧਾਵਾਂਗੇ ਫਾਰਮ ਜੀ ਠੀਕ ਹੈ ਜੀ ਚਲੋ ਵਧੀਆ ਗੱਲ ਹੈ ਜੀ ਮੇਨ ਉਹ ਹੁੰਦੀ ਹੈ ਵਿੱਚ ਇੱਕ ਹਿੱਸਾ ਪਾਉਂਦੀ ਹੈ ਵੀ ਜੋ ਡਾਈਟ ਵਧੀਆ ਹੋ ਗਈ ਤਾਂ ਉਨਾਂ ਹੀ ਬੋਡੀ 'ਚ ਸਟਰਕਚਰ ਵਧੀਆ ਰਹਿੰਦਾ ਵਾ ਠੀਕ ਹੈ ਮਤਲਬ ਮੈਂ ਕਹਿ ਦਈਏ ਵੀ ਮੇਨ ਡਾਈਟ ਤੇ ਹੈ ਹਨਾ ਵੀ ਜੇ ਬਲੱਡ ਲਾਈਨ ਵੀ ਮੈਂ ਜ਼ਿਆਦਾ ਮਤਲਬ ਅੱਜ ਦਾ ਜਿਹੜਾ ਟਾਈਮ ਆ ਬਲੱਡ ਲਾਈਨ ਦਾ ਹੀ ਆ ਅੱਛਾ ਬਿਨਾਂ ਬਲੱਡ ਲਾਈਨ ਤੇ ਕੋਈ ਨਹੀਂ ਪੁੱਛਦਾ ਹੈਗਾ ਘੋੜਿਆਂ ਨੂੰ ਠੀਕ ਹੈ ਜਿਹੜੇ ਹੁਣ ਆਪਣੇ ਨੁਕਰੇ ਆ ਤੇ ਮਾਰਵਾੜੀ ਜੇ ਮਤਲਬ ਹੁਣ ਨੁਕਰੇ ਫੇਲ ਕਰ ਰਹੇ ਮਾਰਵਾੜੀਆਂ ਨੂੰ ਵੀ ਉਨੀ ਕੀਮਤ ਨਾਲ
ਤੇ ਹੋਰ ਦੱਸੋ ਵੀਰ ਜਿਵੇਂ ਹੁਣ ਇਹਦੇ ਬੱਚੇ ਹੋਏ ਨੇ ਹਨਾ ਉਹ ਵੀ ਇਹੋ ਜਿਹੇ ਪਿੰਕੇ ਹੋਏ ਨੇ ਪਿੰਕੇ ਆ ਰਹੇ ਆ ਬਈ ਡਿਟੋ ਕਾਪੀ ਆ ਅੱਛਾ ਸਪੋਟਲੈਸ ਹੈ ਸਪੋਟਲੈਸ ਹੈ ਜਮਾ ਠੀਕ ਹੈ ਠੀਕ ਹੈ ਆਪ ਵੀ ਬਿਲਕੁਲ ਇਹ ਮਲਾ ਐ ਨਹੀਂ ਵੀ ਕੋਈ ਕਾਰਗਰੀ ਕਰੀ ਹੈ ਵੀ ਕਿਵੇਂ ਹੁਣ ਚਕਾ ਲੈਣੇ ਲੋਕ ਹਾਂਜੀ ਹਾਂਜੀ ਉਦਾਂ ਕੋਈ ਵੀ ਇੱਕ ਮਤਲਬ ਪੈਸੇ ਦਾ ਉਹ ਨਹੀਂ ਕਰਾਇਆ ਵੇ ਕਬਲਾਏ ਚ ਠੀਕ ਹੈ ਰੇਅਰ ਚੀਜ਼ ਆ ਜੀ ਉਹ ਤਾਂ ਦਿਖੇ ਰਹੀ ਹੈ ਆਪਾਂ ਨੂੰ ਕਿ ਨਹੀਂ ਬਾਕੀ ਦੋਸਤੋ ਤੁਸੀਂ ਦੇਖਿਓ ਵੀ ਤੇ ਮੈਨੂੰ ਕਮੈਂਟਾਂ 'ਚ ਦੱਸਿਓ ਜ਼ਰੂਰ ਵੀ ਤੁਹਾਨੂੰ ਘੋੜਾ ਲੱਗਿਆ ਕਿਵੇਂ ਠੀਕ ਹੈ ਜੀ ਤੇ ਬਾਈ ਮੈਨੂੰ ਐਂ ਦੱਸੋ ਜਿਵੇਂ ਕਿ ਘੋੜੇ ਨੂੰ ਕਿਸੇ ਨੇ ਦੇਖਣ ਆਉਣਾ ਹੋਵੇ ਤਾਂ ਕਿਵੇਂ ਕੰਟੈਕਟ ਕਰ ਸਕਦਾ ਤੁਹਾਡੇ ਨਾਲ ਜੀ ਆਪਣਾ ਵੀਰੇ ਸਮਰਾਲੇ ਤੋਂ ਵੀ ਪੈ ਜਾਂਦਾ 5-7 ਕਿਲੋਮੀਟਰ ਪਿੰਡ ਘਗਰਾਲਾ ਫੁਰਦੇ ਆ ਅੱਛਾ ਦੇਖ ਸਕਦਾ ਬੰਦਾ ਜਦ ਮਰਜ਼ੀ ਆਓ ਅਤੇ ਟੱਡ ਸਰਵਿਸ ਵੀ ਓਪਨ ਹੈ ਆਪਣੀ ਠੀਕ ਹੈ ਅਤੇ ਦੇਖ ਜਾ ਬੰਦਾ ਹੁੰਦਾ ਆਪਾਂ ਉਹੀ ਫੀਸ ਲੈ ਲਈ ਦੀ ਐਂ ਨਹੀਂ ਵੀ ਕੋਈ ਗਲ ਅਤੇ ਗੰਡਾਸੇ ਵਾਲਾ ਕੰਮ ਨਹੀਂ ਅੱਛਾ 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 ਅਸੀਂ ਭਾਈ ਆਪਣਾ ਸੁਭਾਅ ਵਧੀਆ ਬੰਦੇ ਦਾ ਠੀਕ ਹੈ ਚਲੋ ਇਹ ਹੁੰਦਾ ਵੀ ਆਪਣੇ ਜਾਨਵਰ ਨਾਲ ਕਿਸੇ ਦੇ ਘਰੇ ਬੱਚਾ ਆ ਜਾਵੇ ਵਿਚਾਰੇ ਨਾ ਇਹ ਤਾਂ ਹੈ ਬੱਚਾ ਵਧੀਆ ਆ ਜਾਂਦਾ ਇਹ ਵੀ ਸੋਚ ਕਿਸੇ ਕਿਸੇ ਦੀ ਹੁੰਦੀ ਹੈ ਕਿ ਨਹੀਂ ਠੀਕ ਹੈ ਜੀ ਚਲੋ ਠੀਕ ਹੈ ਤਾਂ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਕਮੈਂਟ ਅਤੇ ਲਾਈਕ ਕਰਕੇ ਜ਼ਰੂਰ ਦੱਸਿਓ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਦਾ ਨਾਮ ਹੈ ਕਿਰਨ ਨੇਸ਼ਨ ਅਤੇ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰਿਓ ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨਦੀਪ ਰਾਏ ਵਲੌਗਸ ਓਕੇ ਪੀਸ ਆਊਟ